जी मेरा गाना आया हुआ है सीरियस और ओदी प्रमोशन भी चल रही है और आज जैसे आए हैं मिस मिस्टर एंड मिस एलिगेंट 2019 जूनियर एंड सीनियर दोनों ही कैटेगरी के अच्छे ग्रैंड फिनाले उन्होंने और बहुत अच्छा अच्छा टैलेंट आया है तो उन्होंने असं प्रमोट करना है और उन्होंने कहने मोटीवेट करना है क्योंकि जोड़े बच्चे आ अजक बहुत अच्छा टैलेंट सामने आ रहा है और मैं लगता है कि बहुत वधिया होने वाला है और बहुत मजा आने वाला हाँ जी ਭਾਜੀ ਅੱਜ ਕੱਲ੍ਹ ਹੈ ਨਾ ਅਪਰੋਚ ਜਿਹੜੀ ਹੁੰਦੀ ਹੈ ਨਾ ਕਹਿੰਦੇ ਡਿਜੀਟਲ ਇੰਨਾ ਵੱਧ ਗਿਆ ਹੈ ਕਿ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਕਿਉਂਕਿ ਟੈਲੈਂਟ ਹਰ ਇੱਕ ਦੇ ਵਿੱਚ ਹੁੰਦਾ ਜ਼ਰੂਰੀ ਨਹੀਂ ਕਿ ਗਾਉਣਾ ਇੱਕ ਟੈਲੈਂਟ ਆ ਉਸ ਤੋਂ ਅਲੱਗ ਵੀ ਹੋਰ ਟੈਲੈਂਟ ਆ ਐਕਟ ਕਰਨਾ ਜਾਂ ਮਤਲਬ ਜੋ ਵੀ ਹੈ ਪਰ ਉਹ ਵੀ ਕੈਮਰਾ ਫੇਸ ਕਰਨਾ ਵੀ ਇੱਕ ਆਪਣਾ ਵੱਖਰਾ ਟੈਲੈਂਟ ਹੈ ਤੇ ਮੈਨੂੰ ਇਦਾਂ ਨਹੀਂ ਲੱਗਦਾ ਕਿ ਕੋਈ ਬਿਨਾਂ ਸਟਰਗਲ ਤੋਂ ਆਉਂਦਾ ਹਰ ਕੋਈ ਬੰਦਾ ਸਟਰਗਲ ਕਰਦਾ ਲਾਈਫ ਦੇ ਵਿੱਚ ਸਟਰਗਲ ਦਾ ਮਤਲਬ ਇਹ ਹੈ ਕਿ ਕੋਈ ਵੀ ਮਤਲਬ ਇਦਾਂ ਹੈ ਕਿ ਭਾਜੀ ਅੱਜ ਕੱਲ੍ਹ ਪੈਸੇ ਨਾਲ ਥੋੜ੍ਹਾ ਜ਼ਿਆਦਾ ਹੋਣ ਲੱਗ ਗਿਆ ਗੱਲ ਇਹ ਹੈ ਮਤਲਬ ਤੁਸੀਂ ਹੁਣ ਹਰ ਇੱਕ ਕੰਪਨੀ ਉਹ ਹਰ ਇੱਕ ਪੈਸਾ ਕਮਾਉਣ ਨੂੰ ਬੈਠੀ ਹੈ ਅਤੇ ਜਦੋਂ ਆਪਾਂ ਅਪਰੋਚ ਲੈ ਕੇ ਜਾਂਦੇ ਹਾਂ ਜਾਂ ਕੋਈ ਕਹਿੰਦਾ ਟੈਲੈਂਟਡ ਬੰਦਾ ਜਾਂਦਾ ਉਹਨਾਂ ਕੋਲ ਉਹਦੇ ਕੋਲ ਪੈਸਾ ਨਹੀਂ ਹੁੰਦਾ ਤਾਂ ਫਿਰ ਉਹਨੂੰ ਅੱਗੇ ਆਉਣ ਨੂੰ ਮੌਕਾ ਨਹੀਂ ਮਿਲਦਾ ਅਤੇ ਜਿਹੜਾ ਬੰਦੇ ਕੋਲ ਪੈਸਾ ਆਉਂਦਾ ਉਹ ਥੋੜ੍ਹਾ ਮਤਲਬ ਪੈਸੇ ਦੇ ਗੇਮ ਨਾਲ ਥੋੜ੍ਹਾ ਅੱਗੇ ਆ ਜਾਂਦਾ ਕਿਉਂਕਿ ਅੱਜ ਕੱਲ੍ਹ ਸਾਰਾ ਸੋਫਟਵੇਅਰ ਵੀ ਡਿਜੀਟਲ ਹੋ ਗਿਆ ਮਤਲਬ ਜਿਹੜਾ ਆਪਣਾ ਮਿਊਜ਼ਿਕ ਸੋਫਟਵੇਅਰ ਆ ਉਹਦੇ ਨਾਲ ਤੁਸੀਂ ਜੋ ਕੁਛ ਮਰਜ਼ੀ ਕਰ ਸਕਦੇ ਹੋ ਜਿਹਨੂੰ ਨਹੀਂ ਵੀ ਗਾਉਣਾ ਆਉਂਦਾ ਉਹ ਵੀ ਬੰਦਾ ਮਤਲਬ ਸੁਰ 'ਚ ਗਾ ਸਕਦਾ ਅਤੇ ਇਹ ਚੀਜ਼ਾਂ ਬਹੁਤ ਇੱਕ ਨੈਗਟਿਵ ਵੀ ਹੈ ਇੱਕ ਪੋਜ਼ਿਟਿਵ ਵੀ ਹੈ ਕਿ ਮਤਲਬ ਈਜ਼ੀ ਅਪਰੋਚ ਹੋ ਗਈ ਅਤੇ ਦੂਜੇ ਪਾਸੇ ਇਹ ਨੈਗਟਿਵ ਇਹ ਹੋਇਆ ਜਿਹੜੇ ਚੰਗੇ ਕਲਾਕਾਰ ਨੇ ਜਿਹੜੇ ਸਿੱਕੇ ਆਉਂਦੇ ਉਹ ਥੋੜ੍ਹੇ ਪਿੱਛੇ ਰਹਿ ਜਾਂਦੇ ਨੇ ਭਾਅ ਜੀ ਮੈਨੂੰ ਤਕਰੀਬਨ 10 ਸਾਲ ਹੋ ਗਏ ਮਤਲਬ ਸਿੰਗਿੰਗ ਕਰਦੇ ਨੂੰ ਔਰ ਐਜ਼ ਏ ਕਲਾਸੀਕਲ ਸਿੱਖਿਆ ਪਹਿਲਾਂ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਮੈਂ ਵੋਇਸ ਆਫ ਪੰਜਾਬ ਕੀਤਾ ਸੀਜ਼ਨ 5 ਉਹਦੇ ਵਿੱਚ ਫਾਈਨਲ ਦੇ ਵਿੱਚੋਂ ਰਹਿ ਗਿਆ ਸੀ ਪਰ ਹੌਲੀ ਹੌਲੀ ਕਰਦਿਆਂ ਐਮ ਫਿਲ ਕੀਤੀ ਮੈਂ ਮਿਊਜ਼ਿਕ ਦੇ ਵਿੱਚ ਹਾਂਜੀ ਅਤੇ ਉਸ ਤੋਂ ਬਾਅਦ ਫਿਰ ਰਾਈਜ਼ਿੰਗ ਸਟਾਰ ਦਾ ਮੈਨੂੰ ਮੌਕਾ ਮਿਲਿਆ ਅਤੇ ਉਹ ਬਸ ਲੱਕ ਇੰਨਾ ਵਧੀਆ ਰਿਹਾ ਕਿ ਵਿਨਰ ਬਣ ਗਏ ਮਤਲਬ ਹਾਂਜੀ 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 ਮੈਂ ਮਤਲਬ ਸਕੇਲ ਦੀ ਗੱਲ ਆਉਣਾ ਇੱਦਾਂ ਹੈ ਕਿ ਹਰੇਕ ਦਾ ਅਲੱਗ ਹੁੰਦਾ ਜੀ ਹੈ ਨਾ ਅਤੇ ਮੈਂ ਮਤਲਬ ਯਾਨੀ ਕਿ ਇੱਦਾਂ ਮੋਸਟਲੀ ਜਨਰਲ ਗੱਲ ਕਰ ਸਕਦੇ ਹਾਂ ਆਪਾਂ ਮੈਂ ਸੈਮੀ ਕਲਾਸੀਕਲ ਜ਼ਿਆਦਾ ਗਾਉਂਦਾ ਸੀ ਪਹਿਲਾਂ ਪਰ ਅੱਜ ਕੱਲ੍ਹ ਤੁਹਾਨੂੰ ਪਤਾ ਕਮਰਸ਼ੀਅਲ ਜ਼ਿਆਦਾ ਚੱਲਦਾ ਅਤੇ ਜਿਹੜਾ ਮੇਰਾ ਗਾਣਾ ਵੀ ਆਇਆ ਸੀਰੀਅਸ ਉਹ ਥੋੜ੍ਹਾ ਕਮਰਸ਼ੀਅਲ ਹੈ ਅਤੇ ਪਰ ਲੇਕਿਨ ਜਿਹੜਾ ਲਾਈਵ ਸੁਣਦੇ ਨੇ ਲੋਕ ਉਹ ਹਰ ਤਰ੍ਹਾਂ ਦਾ ਸੁਣਦੇ ਨੇ ਜਦੋਂ ਤੁਸੀਂ ਕਲੱਬ 'ਚ ਪਰਫੋਰਮ ਕਰਦੇ ਹੋ ਜਾਂ ਕਿਤੇ ਹੋਰ ਪਰਫੋਰਮ ਕਰਦੇ ਹੋ ਤਾਂ ਤੁਹਾਨੂੰ ਕਲਾਸੀਕਲ ਵੀ ਗਾਉਣਾ ਪੈਂਦਾ ਸੂਫੀ ਵੀ ਗਾਉਣਾ ਪੈਂਦਾ ਸੈਮੀ ਕਲਾਸੀਕਲ ਵੀ ਗਾਉਣਾ ਪੈਂਦਾ ਜਾਂ ਬਾਲੀਵੁੱਡ ਜਾਂ ਪੰਜਾਬੀ ਵੀ ਠੇਠ ਪੰਜਾਬੀ ਵੀ ਗਾਉਣਾ ਪੈਂਦਾ ਫੋਕ ਪੰਜਾਬੀ ਹੈ ਨਾ ਅੱਜ ਕੱਲ੍ਹ ਜੋ ਚੱਲਦਾ ਅਤੇ ਉਹ ਇੱਦਾਂ ਦੀ ਗੱਲ ਨਹੀਂ ਪਰ ਮੇਰਾ ਮਤਲਬ ਇਹ ਵਿਚਾਰ ਹੈਗਾ ਕਿ ਜ਼ਰੂਰ ਜਿਹੜਾ ਵੀ ਕੰਮ ਕਰੋ ਤੁਸੀਂ ਸਿੱਖ ਕੇ ਕਰੋ ਜਾਂ ਕੋਈ ਵੀ ਬੰਦਾ ਸਿੱਖਣਾ ਚਾਹੁੰਦਾ ਤਾਂ ਉਹ ਜੋ ਕਰਨਾ ਚਾਹੁੰਦਾ ਜਾਂ ਗਾਣਾ ਗਾਉਣਾ ਚਾਹੁੰਦਾ ਉਹਨੂੰ ਪਹਿਲਾਂ ਘੱਟੋ ਘੱਟ 5-7 ਸਾਲ ਮਤਲਬ ਸਿੱਖਣਾ ਚਾਹੀਦਾ ਅਸੀਂ ਭਾਅ ਜੀ ਡੇਲੀ ਦਾ ਰਿਆਜ਼ ਮਤਲਬ ਤੁਸੀਂ ਜਿੰਨਾ ਕਰ ਲਓ ਓਨਾ ਘੱਟ ਆ ਕਹਿੰਦੇ ਨਾ ਗੁੜ ਜਿੰਨਾ ਪਾਵਾਂਗੇ ਚਾਹ ਓਨੀ ਮਿੱਟੀ ਹੋਣੀ ਹੈ ਤਾਂ ਇਹ ਗੱਲ ਬਸ ਪੱਕੀ ਹੈ ਕਿ ਮਤਲਬ ਤੁਸੀਂ ਜਿੰਨਾ ਰਿਆਜ਼ ਕਰੋਗੇ ਜਿੰਨਾ ਆਪਣਾ ਸ਼ਡਿਊਲ ਦੇ ਵਿੱਚ ਰਿਆਜ਼ ਕਰੋਗੇ ਰੂਟੀਨ 'ਚ ਕਰੋਗੇ ਓਨਾ ਬੈਨੀਫਿਟ ਮਿਲਦਾ ਭਾਅ ਜੀ ਜ਼ਰੂਰ ਭਾਅ ਜੀ ਡਿਜ਼ਾਇਨਰ ਤਾਂ ਨਹੀਂ ਭਾਅ ਜੀ ਮੈਂ ਮਤਲਬ ਮੋਸਟਲੀ ਮੇਰੀ ਚੋਇਸ ਆਪਣੀ ਹੁੰਦੀ ਹੈ ਕਿਉਂਕਿ ਮੈਂ ਮੋਸਟਲੀ ਸਾਰੇ ਪੇਜਸ ਨੂੰ ਫੋਲੋ ਕਰਦਾ ਜਿਹੜਾ ਟ੍ਰੈਂਡ ਚੱਲ ਰਿਹਾ ਜਾਂ ਫੈਸ਼ਨ ਚੱਲ ਰਿਹਾ ਅਤੇ ਅੱਜ ਕੱਲ੍ਹ ਆਨਲਾਈਨ ਬਹੁਤ ਮਿਲਦਾ ਅਤੇ ਪਰ ਇੱਦਾਂ ਹੁੰਦਾ ਕਿ ਆਪਾਂ ਜਦੋਂ ਕਿਸੇ ਬ੍ਰਾਂਡ ਤੋਂ ਜਾਂਦੇ ਹਾਂ ਤਾਂ ਬੰਦਾ ਕਹਿੰਦਾ ਕਿ ਬ੍ਰਾਂਡ ਪਾਇਆ ਜਾਂ ਕੁਛ ਵੀ ਇੱਦਾਂ ਦਾ ਕੋਈ ਗੱਲ ਨਹੀਂ ਹੈਗੀ ਭਾਅ ਜੀ ਕੱਪੜਾ ਪਾਇਆ ਸੋਹਣਾ ਲੱਗਣਾ ਚਾਹੀਦਾ ਅਤੇ ਜੋ ਜਿਹੜਾ ਮਰਜ਼ੀ ਪਾਓ ਸੋਹਣਾ ਹੋਣਾ ਚਾਹੀਦਾ ਬਸ ਮੈਂ ਤਾਂ ਇਹ ਕਹਿੰਦਾ ਭਾਅ ਜੀ ਇੱਕ ਗਾਣਾ ਸਿੰਗਲ ਜੱਟ ਆ ਰਿਹਾ ਨੈਕਸਟ ਔਰ ਪਹਿਲਾਂ ਸੀਰੀਅਸ ਹੈ ਰੋਸ ਮਿਊਜ਼ਿਕ ਤੋਂ ਅਤੇ 2 ਮਿਲੀਅਨ ਆਲਰੇਡੀ ਹੋ ਚੁੱਕੇ ਆ ਅਤੇ ਕਾਫੀ ਮਤਲਬ ਅੱਛਾ ਰਿਸਪੋਂਸ ਹੋ ਰਿਹਾ ਸੀਰੀਅਸ ਹੋ ਰਿਹਾ ਦੱਸੋ ਜੀ ਤੁਸੀਂ ਕੀ ਇਹ ਸੁੱਖ ਰੱਖਿਆ ਜਿਹੜਾ ਕਹਿੰਦੇ ਕਿਸੇ ਨਾਲ ਨਹੀਂ ਉਹ ਕਰਨੀ ਮੇਰਾ ਕੀ ਕਸੂਰ ਬੇਵੀ ਮੈਨੂੰ ਕੀ ਪਤਾ ਮੇਰੀ ਅੱਖ ਬਸ ਤੁਹਾਡੇ ਨਾਲ ਹੀ ਸੀ ਲੜਨੀ ਓ ਥੋੜਾ ਹੀ ਸਹੀ ਪਰ ਪਿਆਰ ਤੱਕ ਲੋ ਆਈ ਸੇ ਦੋ ਦੋ ਤੋਂ 4 ਤੱਕ ਲੋ ਹਰ ਸ਼ੌਕ ਤੁਹਾਡਾ ਪੂਰਾ ਕਰਿਆ ਕਰੂੰ ਜੋ ਮਰਜ਼ੀ ਕਰਾ ਲਓ ਬੇਬੀ ਮੈਂ ਤੁਹਾਨੂੰ ਸੀਰੀਅਸ ਜ਼ਰੂਰੀ ਆਪੇ ਕਰ ਲੂੰ ਤੁਸੀਂ ਯਾਰੀ ਕੇਰਾ ਲਾ ਲਓ ਬੇਬੀ
ਮੈਂ ਤੁਹਾਨੂੰ ਸੀਰੀਅਸ ਸੂਰੀਅਸ ਆਪੇ ਕਰ ਲਓ, ਤੁਸੀਂ ਯਾਰੀ ਕੇਰਾ ਲਾ ਲਓ ਬੇਬੀ, ਦਿਲ ਨੂੰ ਮਨਾ ਲਓ ਬੇਬੀ।